ਔਰ ਸਾਡੇ ਹੁੰਦੇ ਹੱਕ ਨਹੀਂ ਉਹ ਕਿਸੇ ਹੋਰ ਨੂੰ ਵੈਲੀ ਅਖਵਾਉਣ ਦਾ ਵੈਲੀ ਅਖਵਾਉਣ ਦਾ ਉਸਤਾਦ ਜੈਕਟ ਕਿਉਂ ਨਹੀਂ ਬਦਲਦਾ ਤੂੰ ਓਏ ਮੈਂ ਸ਼ਾਗਿਰਦ ਬਦਲ ਸਕਦਾ ਜੈਕਟ ਨਹੀਂ ਇਹ ਜੈਕਟ ਮੇਰੇ ਉਸਤਾਦ ਨੇ ਦਿੱਤੀ ਮੈਨੂੰ ਅੱਛਾ ਕਹਿੰਦਾ ਪਾ ਕੇ ਬਦਮਾਸ਼ੀ ਕਰੀ ਜਦ ਤੈਨੂੰ ਕੋਈ ਹੱਥ ਨਹੀਂ ਲਾ ਸਕਦਾ ਹੋਰ ਉਹ ਕਰ ਦਿਓ ਛੇਤੀ ਫਿਰ ਨਿਬੇੜੋ ਕੰਮ ਨੂੰ ਛੇਤੀ ਅੰਗਰੇਜ਼ ਆ ਬੂਟੇ ਦੇ ਛਿੰਦੇ ਕੇ ਰਿਕਾਰਡ ਦੇ ਆ ਯਾਰ ਆਪਣੀ ਭੈਣ ਦਾ ਵਿਆਹ ਚੱਲ ਮਾਮਾ ਯਾਰ ਮੈਨੂੰ ਨਾ ਨਹੀਂ ਪਤਾ ਇਹਨਾਂ 'ਚ ਬੂਟੇ ਦਾ ਕਾਰਡ ਕਿਹੜਾ ਸੀ ਅਤੇ ਛਿੰਦੇ ਦਾ ਕਾਰਡ ਕਿਹੜਾ ਸੀ ਉਹ ਵਿਹਲੜ 'ਚ ਬੈਠੇ ਉਹਨਾਂ ਨੂੰ ਪੁੱਛਦੇ ਹਾਂ ਜਾ ਕੇ ਵਿਆਹ ਕਿੱਧਰ ਤੁਰਿਆ ਹੁੰਦਾ ਉਹ ਭਗਤੋ ਆ ਵੇਖਿਓ ਇਹ 'ਚ ਬੂਟੇ ਦਾ ਕਾਰਡ ਕਿਹੜਾ ਅਤੇ ਛਿੰਦੇ ਦਾ ਕਾਰਡ ਕਿਹੜਾ ਵਾ ਉਹ ਤੇਰਾ ਨਾਂ ਅੰਗਰੇਜ਼ ਆ ਆਹੋ ਉਹ ਏ ਵੀ ਤੈਨੂੰ ਪੜ੍ਹ ਨਹੀਂ ਆਉਂਦੀ ਨਾਂ ਤੇਰਾ ਅੰਗਰੇਜ਼ ਕਿੰਨੇ ਰਾਤਾ ਵੇ ਪੜ੍ਹਾ ਇੱਧਰ ਇਹ ਕਿਤੇ ਵਿਆਹ ਦੇ ਆ ਇਹ ਸੱਤੇ ਕੀ ਪਿੰਕੀ ਦਾ ਵਿਆਹ ਵਾ ਉਹਨਾਂ ਦੇ ਕਾਰਡ ਹੀ ਤਾਂ ਸਾਡਾ ਕਾਰਡ ਕਿੱਥੇ ਆ ਉਹ ਕਹਿੰਦੇ ਉਹਨਾਂ ਨੂੰ ਨਹੀਂ ਸੱਦਣਾ ਐਵੇਂ ਵਿਆਹ 'ਚ ਕੁੱਟ ਕੱਟ ਖਾਣਗੇ ਆ ਕੇ ਤਾਂ ਕੀ ਗੱਲ ਉਹਨਾਂ ਮਠਿਆਈ ਮਠਿਊਈ ਨਹੀਂ ਪਾਉਣੀ ਪਾਉਣੀ ਆ ਸਾਡਾ ਦਿਮਾਗ ਹੀ ਲਿਆ ਵਾਰ ਅਸੀਂ ਕੁੱਟ ਖਾਵਾਂਗੇ ਅਸੀਂ ਮਠਿਆਈ ਖਾਵਾਂਗੇ ਉਹ ਕਹਿੰਦੇ ਫੁਕਰੇ 'ਚ ਹੈਗੇ ਨਹੀਂ ਸੱਦਣਾ ਤੁਹਾਨੂੰ ਉਹਨਾਂ ਨੇ ਅੱਛਾ ਤਾਂ ਜੰਜ ਤਾਂ ਆਉਂਦੀ ਲੰਘਣੀ ਆ ਨਾ ਸੁੱਕੀ ਜੰਜ ਵੀ ਨਹੀਂ ਜਾਣ ਦਿੰਦੇ ਬੈਂਡ ਵਾਜਿਆਂ ਵਾਲੇ ਲੰਮੇ ਬਾਬਾ ਕੁੱਟਾਂਗੇ ਤਲਵਾਈਆਂ ਦੀਆਂ ਦੌੜਾਂ ਲਵਾਵਾਂਗੇ ਤੈਨੂੰ ਦੱਸਤਾ ਜੀ ਅਸੀਂ ਇੱਥੇ ਸਮੈਲਾਂ ਸੁੰਘੀਏ ਅਤੇ ਸ਼ਰੀਕ ਪਾੜਨ ਉੱਥੇ ਗੁਲਾਬ ਜਾਮ ਨੂੰ ਬੱਲੇ ਉਹ ਤੁਹਾਡੇ ਇਹ ਲੱਗਦਾ ਹਥਿਆਰਾਂ ਨੂੰ ਰੇਤੀ ਲਾਉਣੀ ਪੈਣੀ ਆ ਉਹ ਮੈਨੂੰ ਨਹੀਂ ਪਤਾ ਤੁਸੀਂ ਮੈਨੂੰ ਕਾਰਡ ਫੜਾਓ ਆਪੇ ਕਰਨਾ ਜੋ ਮਰਜ਼ੀ ਕਰ ਲਿਓ ਉਹਨਾਂ ਨਾਲ ਤੁਸੀਂ ਵਿਆਹ 'ਚ ਨਹੀਂ ਸੱਦਣਾ ਉਹ ਅੰਗਰੇਜ਼ ਕਿੱਥੇ ਰਹਿ ਗਏ ਯਾਰ ਬੜਾ ਟਾਈਮ ਲੱਗਦਾ ਅੰਗਰੇਜ਼ ਨੇ ਇਲਾਜ ਕਰੋ ਕੋਈ ਅੱਛਾ ਏਦਾਂ ਕਹਿੰਦੇ ਸੀ ਉਹ ਚਲੋ ਫਿਰ ਪਹਿਲਾਂ ਇਹਨਾਂ ਨੇ ਨਿਬੜ ਲੈਂਦੇ ਆ ਆ ਤੂੰ ਕਾਰਡ ਵੰਡ ਕੇ ਆ ਤੇ ਅਸੀਂ ਜਾ ਕੇ ਆਉਣੇ ਆ ਕਿਤੇ ਸੱਦ ਲਿਆ ਵਿਆਹ 'ਚ ਅਤੇ ਡਲੇ ਡੁਲੇ ਖਾ ਕੇ ਥੋੜ੍ਹਾ ਸਰੀਰ ਬਣਾਈਏ ਆ ਗਈ ਸੱਦਾ ਦੇਣ ਲੱਗਦਾ ਉਹ ਇਹ ਤਾਂ ਸਾਰਾ ਟੱਬਰ ਹੀ ਤੁਰੇ ਆਉਂਦੇ ਆ ਓਏ ਅੱਜ ਨਹੀਂ ਜਾ ਲੈਂਦੇ ਉਸਤਾਦ ਆਹ ਵਿਆਹ ਆਪਾਂ ਇਕੱਠਾ ਹੀ ਵੇਖਾਂਗੇ ਨਹੀਂ ਜਾ ਲੈਂਦੇ ਨਾ ਨਾ ਅੱਜ ਨਹੀਂ ਅੱਜ ਨਹੀਂ ਸਤਿ ਸ਼੍ਰੀ ਅਕਾਲ ਵੀਰ ਜੀ ਵਧਾਈ ਹੋਵੇ ਤੂੰ ਕੀ ਆਉਣਾ ਜੰਜ ਸੁੱਕੀ ਨਹੀਂ ਜਾਣ ਦੇਣੀ ਨਾ ਵੀਰ ਜੀ ਮਹੱਲੇ ਦੀ ਧੀ ਭੈਣ ਆ ਜੰਜ ਸੁੱਕੀ ਜਾਣ ਦੇਵਾਂਗੇ ਠੰਡੇ ਠੁੰਡੇ ਪਿਆਵਾਂਗੇ ਸਵਾਗਤ ਕਰਾਂਗੇ ਪੂਰਾ ਸਾਡਾ ਕੋਈ ਵਰਜ ਨਹੀਂ ਬਣਦਾ ਉਹ ਤੂੰ ਕੀ ਕਹਿਣਾ ਬੈਂਡ ਬਾਜਾਂ ਵਾਲੇ ਲੰਮੇ ਪਾਪਾ ਹੀ ਕੁੱਟਦੇ ਵੀਰ ਜੀ ਇਹ ਕਈ ਵਾਰ ਨਾ ਗੰਦੀਆਂ ਟੂਨਾਂ ਲਾ ਦਿੰਦੇ ਆ ਮੈਂ ਕਿਹਾ ਮਹੱਲੇਦਾਰੀ ਆ ਸਾਡੀ ਧੀ ਭੈਣ ਦਾ ਵਿਆਹ ਇੱਦਾਂ ਦੀਆਂ ਟੂਨਾਂ ਥੋੜ੍ਹਾ ਲੱਗਣ ਦੇਵਾਂਗੇ ਲੰਮੇ ਪਾਪਾ ਕੁੱਟਾਂਗੇ ਹਲਵਾਈਆਂ ਤੇਰਾ ਕੀ ਵਿਗਾੜ ਆ ਜਿਹੜਾ ਤੂੰ ਕਿਹੜਾ ਪੰਜਾਬ ਜਿਹਾ ਕੁੱਟਨੇ ਆ ਵੀਰ ਜੀ ਆ ਬੜੇ ਖਰਾਬ ਹੁੰਦੇ ਜੇ ਕਈ ਵਾਰ ਮਹਿੰਗੀਆਂ ਰਸਤਾਂ ਜੇਬਾਂ 'ਚ ਪਾ ਪਾ ਕੇ ਲੈ ਜਾਂਦੇ ਜੇ ਮੈਂ ਕਿਹਾ ਜੇ ਕਿਸੇ ਦੀ ਜੇਬ 'ਚ ਕਾਜੂ ਬਦਾਮ ਅਨਾਰਦਾਣਾ ਅਤੇ ਸੌਗੀ ਸਾਗੀ ਨਿਕਲ ਗਈ ਨਾ ਕਿਸੇ ਦੇ ਭਜਾ ਭਜਾ ਮਾਰਾਂਗੇ ਐਵੇਂ ਵੀਰ ਜੀ ਨਾਲ ਚੱਟੀ ਨਹੀਂ ਪੈਣ ਦੇਣੀ ਕੱਢ ਹਥਿਆਰ ਜਿਨ੍ਹਾਂ ਨੂੰ ਤੂੰ ਰੇਤੀ ਲਾਉਣੀ ਆ ਵੀਰ ਜੀ ਮੈਂ ਲਾਇਆ ਹਿਸਾਬ ਤੁਹਾਡਾ ਵੀ ਦਿਮਾਗ ਤੁਹਾਡਾ ਵੀ ਮੋਟਾ ਹੀ ਆ ਮਤਲਬ ਤੇਰਾ ਏ ਮਤਲਬ ਦਿਮਾਗ ਤੁਹਾਡਾ ਹੈਲਦੀ ਆ ਤਾਕਤਵਰ ਆ ਉਹ ਵੀਰ ਜੀ ਹਥਿਆਰ ਹਥਿਊਰ ਨਹੀਂ ਕੋਈ ਮੇਰੇ ਕੋਲ ਉਹ ਕਵਾੜਾ ਆ ਮੈਂ ਕਿਹਾ ਰੇਤੀ ਰੁਤੀ ਲਾਈਏ ਭੈਣ ਦਾ ਵਿਆਹ ਆ ਗਿਆ ਬਾਲਣ ਦੀ ਨਹੀਂ ਲੋੜ ਤੁਸੀਂ ਤਾਂ ਐਵੇਂ ਇਹਨਾਂ ਨੂੰ ਪੈ ਪੂਏ ਦੇਣ ਡੇ ਜੇ ਸਾਨੂੰ ਬੂੰਦੀ ਸ਼ੱਕਰ ਪਾ ਕੇ ਇੱਕ ਵਾਹ ਵੇਖੀਆਂ ਕਦੇ ਬਾਲਣ ਦਾ ਢੇਰ ਲਾ ਦਾਂਗੇ ਲਵਾਈ ਲਾ ਕੇ ਸਿਲੰਡਰ ਪਤਾ ਕਿੰਨੇ ਮਹਿੰਗੇ ਵੀਰ ਜੀ ਇਹਨਾਂ ਝੋਲੀ ਚੁੱਕਣੇ ਤੁਹਾਡੀ ਜ਼ਮੀਨ ਗਾਣੇ ਪਵਾ ਦੇਣੀ ਇਸੇ ਕੰਮ 'ਚ ਸਾਨੂੰ ਸੱਦੋ ਬੂੰਦੀ ਸ਼ੱਕਰ ਪਾਰੇ ਬਸ ਚੱਲ ਠੀਕ ਆ ਸੋਚ ਕੇ ਦੱਸਦੇ ਫਿਰ ਕਰਦੇ ਵਿਚਾਰ ਉਸਤਾਦ ਤੂੰ ਹੁਣ ਬੂੰਦੀ 'ਤੇ ਮਰ ਗਿਆ ਹੁਣ ਬੂੰਦੀ ਵਾਲੇ ਲਾਗੀ ਵਾਲੇ ਕੰਮ ਕਰਾਂਗੇ ਆਪਾਂ ਉਹ ਤੇਰਾ ਦਿਮਾਗ ਹਿੱਲ ਗਿਆ ਵਾ ਉਹ ਬੂੰਦੀ ਦੇ ਕੁੱਤੇ ਨਹੀਂ ਪੁੱਛਦੇ ਓਏ ਆਪਾਂ ਤਾਂ ਪੈਰ ਭਰਾਵਾ ਕਰਨਾ ਵਾ ਇੱਕ ਵਾਰ ਆਪਾਂ ਅੰਦਰ ਵੜ ਗਏ ਨਾ ਘਰ ਦੇ ਹਲਵਾਈ ਨਾ ਕਰਕੇ ਬਾਹਰੇ ਬਾਹਰ ਸੈਟਿੰਗ ਓਏ ਆਪਾਂ ਜੇ ਹਫ਼ਤੇ ਦਾ ਰਾਸ਼ਨ ਘਰ ਨਾ ਸਟਾਇਆ ਫਿਰ ਤੂੰ ਆਖੀ ਉਸਤਾਦ ਤੂੰ ਤਾਂ ਆਖਣ ਦੇ ਉਹਨਾਂ ਝੋਲੀ ਚੁੱਕਣ ਉਹਦੀ ਪਹਿਲੀ ਗਹਿਣੇ ਪਵਾ ਦੇਣੀ ਆ ਤੂੰ ਕੀ ਕਰਨਾ ਫਿਰ ਆਪਾਂ ਵਿਕਾ ਹੀ ਦੇਣੀ ਆ ਉਸਤਾਦ ਬਦਮਾਸ਼ ਹੋ ਗਏ ਚੋਰੀ ਕਰਿਆ ਕਰਾਂਗੇ ਦੱਸ ਉਹ ਤੂੰ ਭੱਜਿਆ ਹੀ ਚੰਗਾ ਓਏ ਆ ਕਿਹੋ ਜਿਹਾ ਮੱਤਾ ਦੇ ਦੇ ਕੇ ਮੇਰੀ ਬਦਮਾਸ਼ੀ ਠੰਡੀ ਪਾਈ ਜਾਂਦਾ ਉਹ ਤੂੰ ਮੇਰੀ ਹੌਲੀ ਹੌਲੀ ਅਣਖ ਜਗਾ ਕੇ ਮੇਰਾ ਕਤਲ ਕਰਾਉਣਾ ਜਾਂ ਨਿਕਲ ਜਾ